ਮਰ ਗਿਆ ਤੇ ਮਾਰਾਂਗੇ ਅਸੀਂ ਪੁਲਿਸ ਨੂੰ ਵੇਖਣਾ ਅਸੀਂ ਪੁਲਿਸ ਨੂੰ ਵੇਖਣਾ ਅਸੀਂ ਪੁਲਿਸ ਨੂੰ ਵੇਖਣਾ ਨਹੀਂ ਉਹਨਾਂ ਨੂੰ ਵੇਖਣਾ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਨੇ ਖੂਨੀ ਰੂਪ ਧਾਰਿਆ। ਦੱਸ ਦਈਏ ਕਿ ਦੋ ਗੁਆਂਢੀ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਏ ਨੇ ਤੇ ਇੱਕ ਧਿਰ ਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਪਹਿਲਾਂ ਤਾਂ ਦੋ ਗੁਆਂਢੀਆਂ ਦੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਕਹਾਸੁਣੀ ਹੁੰਦੀ ਹੈ, ਹਾਲਾਂਕਿ ਕਹਾਸੁਣੀ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਇੱਕ ਦੂਜੇ ਦੇ ਉੱਤੇ ਆਰੋਪ ਲਗਾਏ ਗਏ ਨੇ, ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਜਿੱਦਾਂ ਨੀ ਮੁੰਡਾ ਮੇਰਾ, ਕੋਈ ਗੱਲ ਨੀ ਹੋਈ, ਮਰ ਜਾਣੇ ਲੋਕੇ ਆਏ, ਲੋਕੇ ਬੈਠੇ ਸੀ, ਲੋਕੇ ਗੜਾਸੀਆਂ ਮੁੰਡੇ ਸਿਰ ਚ ਮਾਰਤੇ, ਮਾਰ ਦਿੱਤਾ ਨੀ, ਬੇਹੋਸ਼ ਹੋ ਕੇ ਡਿੱਗ ਪਿਆ ਮੁੰਡਾ। ਅਸੀਂ ਛਡਾਉਣ ਆਈਆਂ, ਇਹਦੇ ਵੀ ਮਾਰੀ ਡਾਂਗ ਦੇ, ਗੜਾਸੀ ਮਾਰੀ, ਆਹ ਮੁੰਡੇ ਦੇ ਗੜਾਸੀ ਮਾਰੀ, ਮੁੰਡੇ ਖਾਲੀ ਹੱਥੀ ਸੀ, ਕੁਛ ਨੀ ਹੈਗਾ ਸੀ ਉਹਨਾਂ ਕੋਲੋਂ, ਸ਼ਹਿਰੋਂ ਆਏ ਉੱਥੇ ਵਿਚਾਰੇ, ਸ਼ਹਿਰੋਂ ਹੀ ਆਏ ਦੋਵੇਂ ਜਾਣੇ, ਮਗਰੋਂ ਚੋਰੀ ਮਾਰ ਗਿਆ ਡਾਂਗਾਂ ਨੀ, ਮੁੰਡਾ ਮਾਰ ਸੁੱਤਿਆ ਨਾਲੇ ਮੇਰਾ। ਪੁਲਿਸ ਵਾਲੇ ਰਾਤੀ ਅਸੀਂ ਜਾ ਕੇ ਦਰਖਾਸਤ ਦੇ ਕੇ ਆਏ, ਅਸੀਂ ਨਹੀਂ ਲੜਨਾ, ਅਸੀਂ ਨਹੀਂ ਲੜਨਾ, ਸਾਡੀ ਗੱਲ ਸੁਣ ਲਓ, ਕੋਈ ਪੁਲਿਸ ਵਾਲਾ ਗੱਲ ਸੁਣਨ ਨਹੀਂ ਆਇਆ ਸਾਡੀ, ਤੇ ਫਿਰ ਉਹਨਾਂ ਮੁੰਡਾ ਮਾਰਤਾ, ਨੀ ਉਹਨਾਂ ਮੁੰਡਾ ਮਾਰਤਾ ਮੇਰਾ, ਆ ਨੀ ਮੇਰਾ ਮੁੰਡਾ ਪਤਾ ਨੀ ਹੋਇਆ। ਰਾਤ ਦੇ ਮੁੰਡੇ ਨੂੰ ਪਹਿਲਾਂ ਗਾਲਾਂ ਕੱਢੀਆਂ ਰੱਜ ਕੇ, ਰਫਲ ਚੁੱਕੀ, ਫਿਰ ਰਾਜੇਸ਼ ਕੁਮਾਰ ਸਨ ਬਲਵੰਤ ਰਾਏ ਨਾਲ, ਮੁੰਡੇ ਦੇ ਨਾਲ ਜਵਾਕ ਵੀ ਨਾਲ ਹੀ, ਕੁੜੀਆਂ ਵੀ ਨਾਲ, ਅਸੀਂ ਇਸੇ ਕਰਕੇ ਰਾਤ ਹੀ ਥਾਣੇ ਚਲੇ ਗਏ ਹਾਂ, ਰਾਤ ਜਾ ਕੇ ਦਰਖਾਸਤ ਦੇ ਕੇ ਆਏ ਹਾਂ। ਉਹ ਕਹਿੰਦੇ ਪਹਿਲਾਂ ਤਾਂ ਅਸੀਂ ਸਵੇਰੇ ਜਾਵਾਂਗੇ, ਫਿਰ ਸਵੇਰੇ ਕਹਿੰਦੇ ਤੁਸੀਂ ਫੋਟੋ ਸਟੇਟ ਇਹਦੀ ਕਰਾ ਕੇ ਲਿਆਓ, ਫਿਰ ਅਸੀਂ ਦਰਖਾਸਤ ਪੂਰੀ ਕਰਾਂਗੇ। ਅਸੀਂ ਫੋਟੋ ਸਟੇਟ ਕਰਾ ਕੇ ਦੋ ਸਵੇਰੇ ਫਿਰ ਦੇ ਆਏ ਹਾਂ, ਕੋਈ ਉਹਦੇ 'ਤੇ ਕਾਰਵਾਈ ਨਹੀਂ ਕੀਤੀ। ਆਹ ਮੁੰਡਾ ਮੇਰਾ ਮਰਨਾਊ, ਸਣੇ ਉਹਦੀਆਂ ਕੁੜੀਆਂ ਰਫਲਾਂ ਲੈ ਕੇ ਆਈਆਂ ਨਾਲ, ਸਣੇ ਬੱਚੇ ਅਤੇ ਮੁੰਡੇ ਮੇਰੇ ਦੇ ਨਾਲ, ਇੱਕ ਹੈਗਾ ਸੌਰਭ ਮੁੰਡਾ ਪ੍ਰਕਾਸ਼ ਦਾ, ਹੁਣ ਉਹਨੂੰ ਇੱਥੇ ਲੈ ਕੇ ਆਏ ਨੇ ਇਸੇ ਵੱਲ 'ਚ। ਗੱਲ ਇਹ ਦੋ ਤਿੰਨਾਂ ਘੰਟਿਆਂ ਦੀ ਹੋ ਗਈ ਹੈ ਵੀ ਬਦੋ ਵੀ ਉਹਨੂੰ ਵੱਢ ਟੋਕ ਕੇ ਲਿਆਏ ਹੋਣੇ, ਵੀ ਇਹਦਾ ਇਲਾਜ ਕਰਾਈਏ। ਕੋਈ ਰੰਜਿਸ਼ ਨਹੀਂ ਪੁਰਾਣੀ, ਮੌਜਰ ਹਥਿਆਰ ਹੈਗਾ, ਸਾਰੀ ਦੁਨੀਆ ਕੋਲ ਇਹੋ ਜਿਹਾ ਹਥਿਆਰ ਹੀ ਕੋਈ ਨਹੀਂ ਹੈਗਾ, ਮਾਰੂ ਹਥਿਆਰ ਜਿਹੜੇ ਇਹੋ ਜਿਹੇ ਹਥਿਆਰ ਨੇ, ਪੁਲਿਸ ਨੂੰ ਪਹਿਲਾਂ ਹੀ ਜਮ੍ਹਾਂ ਕਰਨੇ ਚਾਹੀਦੇ। ਸਾਡਾ ਅੱਜ ਤੱਕ ਉਹਨੇ ਸੁਣਵਾਈ ਨਹੀਂ ਕੀਤੀ ਗੀ। ਕਿੰਨੇ ਜਣੇ ਸੀ ਉਹ? ਹਾਂਜੀ, ਹਰਜੇਸ਼ ਕੁਮਾਰ ਦਾ ਸਾਰਾ ਟੱਬਰ, ਉਹਦੀਆਂ ਕੁੜੀਆਂ ਵੀ ਨਾਲ, ਰਫਲ ਲੈ ਕੇ ਆਈਆਂ, ਉਹਦੀ ਘਰ ਦੀ ਬੱਚੇ, ਇੱਕ ਸੌਰਭ ਪ੍ਰਕਾਸ਼ ਦਾ ਮੁੰਡਾ, ਪ੍ਰਕਾਸ਼ ਦਾ ਸਨ ਪ੍ਰਕਾਸ਼ ਦਾ ਮੁੰਡਾ ਉਹ, ਹੁਣ ਉਹ ਮੇਰਾ ਬੇਟਾ ਸੌਰਭ ਕੁਮਾਰ। ਹਾਂਜੀ, ਸੱਟਾਂ ਜੀ, ਇਸ ਟਾਈਮ ਸੀਰੀਅਸ ਸੀ ਕੰਮ, ਅੱਗੋਂ ਵੇਖੋ ਹੁਣ ਮਹਾਰਾਜ ਦੇ ਪਾਸੇ, ਸਾਰਿਆਂ ਦੇ ਉੱਤੇ ਮਹਾਰਾਜ, ਮੈਂ ਨਹੀਂ ਹੈਗਾ। ਹਾਂਜੀ, ਟਗੂਏ ਨਾਲ ਦੱਸ ਕੇ ਨਾ ਰਫਲ ਲੈ ਕੇ ਆਏ, ਉਹਨੇ ਜਿਹਨੂੰ ਬੰਦੇ ਪੈ ਗਏ, ਰਫਲ ਲੈ ਕੇ ਆਈ, ਜਨਾਨੀ ਲੈ ਕੇ ਆਈ, ਕੁੜੀ ਇੱਕ ਲੈ ਕੇ ਆਈ, ਮੌਜਰ ਲੈ ਕੇ ਆਏ ਨੇ।